हाँ सत श्री अकाल दोस्तों, ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਸਵਾਗਤ ਹੈ। ਆਪਾਂ ਕਾਫੀ ਲੰਮੇ ਸਮੇਂ ਤੋਂ ਬਾਅਦ ਅੱਜ ਆਪਾਂ ਇੱਕ ਦੂਜੇ ਦੇ ਰੂਬਰੂ ਹੋ ਰਹੇ ਹਾਂ। ਕੁਝ ਘਰੇਲੂ ਮਜਬੂਰੀਆਂ ਸਨ ਕਿ ਆਪਾਂ ਵੀਡੀਓ ਰਾਹੀਂ ਤੁਹਾਡੇ ਨਾਲ ਆਪਣੀ ਇਹ ਜੋ ਪਿਛਲੇ ਸਮੇਂ ਦੌਰਾਨ ਚੱਲਦੀ ਜਿਹੜੀ ਸਾਂਝ ਸੀਗੀ ਉਹਨੂੰ ਆਪਾਂ ਕੰਟੀਨਿਊ ਨਹੀਂ ਕਰ ਸਕੇ। ਸੋ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹ ਜੋ ਵੀਡੀਓ ਦੇ ਰਾਹੀਂ ਵਿਚਾਰਾਂ ਦੀ ਆਦਾਨ ਪ੍ਰਦਾਨ ਹੈਗਾ ਆਪਣਾ, ਇਹ ਚੱਲਦਾ ਰਹੇ ਇਸੇ ਤਰ੍ਹਾਂ ਕੰਟੀਨਿਊ। ਸੋ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਅਨਾਊਂਸਮੈਂਟ ਹੋ ਗਈ ਹੈ। ਆਪਾਂ ਨੂੰ ਸਾਰਿਆਂ ਨੇ ਆਪਾਂ ਦੇਖਿਆ ਹੀ ਹੈ ਕਿ ਜਿੱਥੇ ਵੱਖ ਵੱਖ ਰਾਜਸੀ ਪਾਰਟੀਆਂ ਵੱਲੋਂ ਰਾਜਸੀ ਉਮੀਦਵਾਰਾਂ ਵੱਲੋਂ ਆਪਣੀਆਂ ਚੋਣ ਮੁਹਿੰਮਾਂ ਨੇ ਜਿਹੜੀਆਂ ਮਘਾ ਦਿੱਤੀਆਂ ਗਈਆਂ ਨੇ, ਉੱਥੇ ਨਾਲ ਹੀ ਜਿਹੜਾ ਸਰਕਾਰੀ ਤੰਤਰ ਹੈ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਚੋਣਾਂ ਨੂੰ ਨਿਰਪੱਖ ਪਾਰਦਰਸ਼ਤਾ ਅਤੇ ਵਧੀਆ ਤਰੀਕੇ ਦੇ ਨਾਲ ਨੇਪਰੇ ਚਾੜ੍ਹਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਸੋ ਦੋਸਤੋ, ਜਦੋਂ ਵੀ ਕੋਈ ਚੋਣਾਂ ਹੁੰਦੀਆਂ ਨੇ ਸਭ ਤੋਂ ਬੜਾ ਇੰਪੋਰਟੈਂਟ ਪਾਰਟ ਹੁੰਦਾ ਹੈ ਉਹਦਾ ਕਿ ਨੋਮੀਨੇਸ਼ਨ ਜਿਹੜੇ ਨਾਮਜ਼ਦਗੀ ਪੱਤਰ ਉਮੀਦਵਾਰਾਂ ਵੱਲੋਂ ਭਰੇ ਜਾਂਦੇ ਨੇ। ਸੋ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਇਹ ਇਲੈਕਸ਼ਨਸ ਨੇ 20 ਫਰਵਰੀ 2022 ਨੂੰ ਹੋਣੀਆਂ ਨੇ, ਉਹਦੀਆਂ ਜਿਹੜੀਆਂ ਨੋਮੀਨੇਸ਼ਨ ਭਰਨ ਦਾ ਜਿਹੜਾ ਟਾਈਮ ਆ ਉਹ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ। ਸੋ ਉਹਦੇ ਬਾਰੇ ਜ਼ਿਲ੍ਹਾ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਇਹਦੇ ਬਾਰੇ, ਕਿਉਂਕਿ ਇਹ ਨੋਮੀਨੇਸ਼ਨ ਦੀ ਜਿਹੜੀ ਪ੍ਰਕਿਰਿਆ ਹੈ ਕਾਫੀ ਜਟਲ ਪ੍ਰਕਿਰਿਆ ਹੁੰਦੀ ਹੈ। ਇਹਦੇ ਵਿੱਚ ਨੋਮੀਨੇਸ਼ਨ ਭਰਨ ਵਾਸਤੇ ਉਮੀਦਵਾਰ ਜਾਂਦੇ ਨੇ। ਆਪਾਂ ਨੂੰ ਇਹ ਵੀ ਪਤਾ ਹੈ ਕਿ ਇਸ ਵਾਰ ਦੇ ਜਿਹੜਾ ਨੋਮੀਨੇਸ਼ਨ ਪ੍ਰਕਿਰਿਆ ਹੈਗੀ ਆ ਉਹ ਇੱਕ ਅਜਿਹੇ ਦੌਰ ਦੇ ਵਿੱਚ ਆਈ ਹੈ ਜਦੋਂ ਕਿ ਪੂਰਾ ਵਿਸ਼ਵ ਹੀ ਕਰੋਨਾ ਮਹਾਂਮਾਰੀ ਤੋਂ ਪਿਛਲੇ 2 ਸਾਲ ਤੋਂ ਕਾਫੀ ਗ੍ਰਸਤ ਚੱਲਿਆ ਆ ਰਿਹਾ। ਸੋ ਦੋਸਤੋ, ਆਮ ਤੌਰ 'ਤੇ ਆਪਾਂ ਪਹਿਲਾਂ ਦੇਖਦੇ ਹੁੰਦੇ ਹਾਂ ਕਿ ਜਦੋਂ ਕੈਂਡੀਡੇਟਸ ਨੋਮੀਨੇਸ਼ਨ ਭਰਨ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕਾਂ ਦਾ ਅਜ਼ਿਊਮ ਜਾਂਦਾ ਅਤੇ ਉਹ ਬੜੇ ਉਤਸ਼ਾਹ ਦੇ ਨਾਲ ਉੱਥੇ ਨੋਮੀਨੇਸ਼ਨ ਭਰ ਕੇ ਆਉਂਦੇ ਨੇ। ਪਰ ਇਸ ਵਾਰ ਇਸ ਤਰ੍ਹਾਂ ਦਾ ਨਹੀਂ ਹੋ ਸਕੇਗਾ ਕਿਉਂਕਿ ਕਰੋਨਾ ਮਹਾਂਮਾਰੀ ਹੈ ਜਿਹੜੀ ਕਿ ਪੂਰੇ ਵਿਸ਼ਵ ਦੇ ਵਿੱਚ ਫੈਲੀ ਹੋਈ ਹੈ, ਇੱਕ ਗੰਭੀਰ ਚੁਣੌਤੀ ਬਣਿਆ ਹੋਇਆ ਮਨੁੱਖਤਾ ਦੇ ਲਈ ਅਤੇ ਹੋਰ ਸਾਡੇ ਸਮਾਜ ਦੇ ਲਈ। ਸੋ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਸ ਬਿਮਾਰੀ ਨੂੰ ਕੰਟਰੋਲ ਕਰਨ ਵਾਸਤੇ ਕੁਛ ਹਦਾਇਤਾਂ ਦਿੱਤੀਆਂ ਗਈਆਂ ਨੇ, ਉਹਨਾਂ ਦਾ ਪਾਲਣਾ ਕਰਨ ਵਾਸਤੇ ਵੀ ਕਿਹਾ ਗਿਆ। ਸੋ 25 ਜਨਵਰੀ ਤੋਂ ਜਿਹੜੀ ਇਹ ਨੋਮੀਨੇਸ਼ਨ ਸ਼ੁਰੂ ਹੋ ਰਹੀ ਹੈ ਉਹਦੇ ਵਿੱਚ ਜ਼ਿਲ੍ਹਾ ਮੋਗਾ ਦੀ ਆਪਾਂ ਗੱਲ ਕਰੀਏ ਤਾਂ ਇਹ ਜਿਹੜੇ ਨੋਮੀਨੇਸ਼ਨ ਨੇ ਇਹ 1 ਫਰਵਰੀ 2022 ਤੱਕ ਭਰੇ ਜਾ ਸਕਦੇ ਨੇ। ਆਖਰੀ ਤਰੀਕ 1 ਫਰਵਰੀ 2022 ਹੋਏਗੀ। ਜਿਹੜੀ ਨੋਮੀਨੇਸ਼ਨ ਦੀ ਜਿਹੜੀ ਪੜਤਾਲ ਹੈਗੀ ਆ ਉਹ 2 ਫਰਵਰੀ 2022 ਨੂੰ ਹੋਵੇਗੀ, ਜਿੱਥੇ ਜਿੱਥੇ ਰਿਟਰਨਿੰਗ ਅਫਸਰਾਂ ਕੋਲ ਜਿਹੜੇ ਜਿਹੜੇ ਕੈਂਡੀਡੇਟ ਨੇ ਭਰੀਆਂ ਹੋਣਗੀਆਂ ਆਪਣੀਆਂ ਨੋਮੀਨੇਸ਼ਨਾਂ। ਉਸ ਤੋਂ ਬਾਅਦ 4 ਫਰਵਰੀ ਨੂੰ ਇਹ ਜੇਕਰ ਕਿਸੇ ਉਮੀਦਵਾਰ ਨੇ ਆਪਣੇ ਨੋਮੀਨੇਸ਼ਨ ਪੇਪਰ ਵਾਪਸ ਲੈਣੇ ਨੇ ਜਾਂ ਚੋਣ ਮੈਦਾਨ 'ਚੋਂ ਹਟਣਾ ਤਾਂ ਉਹ 4 ਫਰਵਰੀ ਨੂੰ ਉਹ ਆਪਣੇ ਵਾਪਸ ਲੈ ਸਕਦਾ। ਇਸ ਤੋਂ ਇਲਾਵਾ 20 ਫਰਵਰੀ 2022 ਨੂੰ ਇਲੈਕਸ਼ਨ ਹੋਣਗੀਆਂ ਅਤੇ 10 ਮਾਰਚ 2022 ਨੂੰ ਇਹ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਨਾਂ ਦਾ ਨਤੀਜਾ ਅਨਾਊਂਸ ਕੀਤਾ ਜਾਏਗਾ, ਭਾਵ ਗਿਣਤੀ ਹੋਏਗੀ ਉਸੇ ਦਿਨ ਹੀ ਨਤੀਜੇ ਅਨਾਊਂਸ ਕਰ ਦਿੱਤੇ ਜਾਣਗੇ। ਦੋਸਤੋ, ਨੋਮੀਨੇਸ਼ਨ ਦਾ ਸ਼ਡਿਊਲ ਤਾਂ ਆਪਾਂ ਕਰ ਦਿੱਤਾ ਅਤੇ ਇਹ ਨੋਮੀਨੇਸ਼ਨ ਭਰੀਆਂ ਕਿੱਥੇ ਜਾਣੀਆਂ ਨੇ। ਅਗਰ ਜ਼ਿਲ੍ਹਾ ਮੋਗਾ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ 4 ਵਿਧਾਨ ਸਭਾ ਹਲਕੇ ਨੇ। ਵਿਧਾਨ ਸਭਾ ਹਲਕਾ ਮੋਗਾ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਬਾਘਾਪੁਰਾਣਾ। ਸੋ 4 ਸਬ ਡਿਵੀਜ਼ਨਸ ਨੇ। ਮੋਗੇ ਦੇ ਨੋਮੀਨੇਸ਼ਨ ਨੇ ਉਹ SDM ਆਫਿਸ ਮੋਗਾ ਦੇ ਵਿੱਚ ਲਏ ਜਾਣਗੇ, ਉਹ ਰਿਟਰਨਿੰਗ ਅਫਸਰ ਨੇ। ਬਾਘਾਪੁਰਾਣਾ ਦੇ ਨੋਮੀਨੇਸ਼ਨ SDM ਆਫਿਸ ਬਾਘਾਪੁਰਾਣਾ ਦੇ ਵਿੱਚ ਲਏ ਜਾਣਗੇ, ਉਹ ਵੀ ਰਿਟਰਨਿੰਗ ਅਫਸਰ ਨੇ। ਨਿਹਾਲ ਸਿੰਘ ਵਾਲਾ ਦੇ ਨੋਮੀਨੇਸ਼ਨ SDM ਆਫਿਸ ਨਿਹਾਲ ਸਿੰਘ ਵਾਲਾ 'ਚ ਲਏ ਜਾਣਗੇ ਕਿਉਂਕਿ ਉਹ ਰਿਟਰਨਿੰਗ ਅਫਸਰ ਨੇ। ਇਸੇ ਤਰ੍ਹਾਂ ਧਰਮਕੋਟ ਦੇ ਜਿਹੜੇ ਨੋਮੀਨੇਸ਼ਨ ਫੋਰਮ ਨੇ ਉਹ ਵੀ ਰਿਟਰਨਿੰਗ ਅਫਸਰ ਜਿਹੜੇ ਉੱਥੋਂ ਦੇ SDM ਨੇ ਉਹਨਾਂ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਲਏ ਜਾਣਗੇ। ਜਿਹੜਾ ਨੋਮੀਨੇਸ਼ਨ ਭਰਨ ਦਾ ਜੋ ਟਾਈਮ ਹੈ ਉਹ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਹੋਏਗਾ। ਅਤੇ ਇਹਦੇ ਵਿੱਚ ਮੈਂ ਜਿਵੇਂ ਆਪਾਂ ਪਹਿਲੇ ਗੱਲ ਕੀਤੀ ਹੈ ਕਿ ਕਰੋਨਾ ਮਹਾਂਮਾਰੀ ਦੇ ਦੌਰ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਅਤੇ ਪਹਿਲਾਂ ਇਹ ਹੁੰਦਾ ਸੀ ਜਦੋਂ ਕੋਈ ਕੈਂਡੀਡੇਟ ਨੋਮੀਨੇਸ਼ਨ ਭਰਨ ਜਾਂਦਾ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਨਾਲ ਜਾਂਦੇ ਸਨ ਤਾਂ ਜੋ ਆਪਣਾ ਆਪਣਾ ਇੱਕ ਤਰ੍ਹਾਂ ਦਾ ਉਤਸ਼ਾਹ ਨੂੰ ਮਤਲਬ ਲੋਕਾਂ ਤੱਕ ਦਿਖਾ ਸਕਣ ਵੀ ਮੇਰੇ ਨਾਲ ਕਿੰਨੇ ਲੋਕ ਹੈਗੇ ਨੇ। ਪਰ ਇਸ ਵਾਰ ਇਸ ਤਰ੍ਹਾਂ ਦਾ ਕੁਛ ਨਹੀਂ ਹੋ ਸਕਦਾ ਕਿਉਂਕਿ ਮਾਣਯੋਗ ਭਾਰਤੀ ਚੋਣ ਕਮਿਸ਼ਨ ਵੱਲੋਂ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕੈਂਡੀਡੇਟ
कैंडीडेट अपने नाल सिर्फ ते सिर्फ दो अपने समर्थक लिया सकता है, एक कैंडीडेट ते दो उसके समर्थक। इस तो अलावा चौथा कोई बंदा भी रिटर्निंग अफसर के जो दफ्तर है उसे नहीं जा सकता नॉमीनेशन के मामले के। ठीक है जी। इस तो अलावा पहला की हुंदा सी गड्डियां दे वड्डे वड्डे काफले जांदे हुंदे सी नॉमीनेशन भरन वास्ते, पर इस बार भी 100 मीटर के दायरे के बाहर सिर्फ ते सिर्फ उन्हां दे दो वहीकल कैंडीडेट दे दो वहीकल मतलब जा सकते हैं। इस तो अलावा होर कोई वहीकल नहीं जा सकता। सो ये चीज़ों का बड़ा ध्यान रखने की जरूरत है। सो एक होर तुहाडे नाल जानकारी शेयर कर लगे हैं कि भारतीय चोण कमिशन वालों जिहड़े कैंडीडेट्स ने उन्हां दी सहूलत वास्ते एक सुविधा ऑनलाइन पोर्टल है सुविधा वो लॉन्च किया गया। ये ऑन जिवें आपां ऑफलाइन जाके अपने नामजदगी पत्र दाखिल कराने हुण कैंडीडेट अपनी सहूलत दे लई नॉमीनेशन फाइल अपनी जिहड़ी हैगी आ उह ऑनलाइन भी कर सकदा। मैं तुहानूं उह जिहड़ा पोर्टल दा एड्रैस हैगा तुहाडे नाल बोलण लग्गिया तुहाडी स्क्रीन ते भी आ गया https://suvidha.eci.gov.in ये पोर्टल का एड्रैस है तुहाडी स्क्रीन पर भी आ गया। तो ये जाके उम्मीदवार अपना अकाउंट बना सकता, अकाउंट बना के अपनी नॉमीनेशन फाइल कर सकता। तो ये ये जो ऑनलाइन का लिंक तुहाडा शेयर किया ना, ये एक फायदा होर आ भी ये तुसीं अपनी जिहड़ी भी उन्होंने अपनी जमानती राशि जमा करवानी होंगी है तो वो भी बड़ा सौखा प्रोसीजर ये दिता हुआ अपनी जी प्रक्रिया सौखा बनाया जा सकता है। इस तो बाद की करना जो आप ऑनलाइन अप्लाई कर दिता कैंडीडेट ने तो उन्होंने की करना उम्मीदवार ने यह चीज़ यदा ऑनलाइन एप्लीकेशन का प्रिंट ले लेना है। प्रिंट लैके संबंधित जोड़े दस्तावेज लाने है वो दस्तावेज आप कैंडीडेट रिटर्निंग अफसर को जाके पेश कर सकता है। सो ऑफलाइन के नाल ऑनलाइन का फायदा भी बड़ा है क्योंकि ये कोई गलती की गुंजाइश नहीं रहेगी। कैंडीडेट जब अपने हाथ नाल अपने नॉमीनेशन आप फाइल करेगा तो वह सारा रिकॉर्ड भी आ जाएगा। सो गलती की किसी तरह की गुंजाइश नहीं रहेगी। सो करोना का ये अपना जो दौर चल रहा है तो बचने वास्ते ये जिहड़ा सुविधा पोर्टल हैगा इहदा भी लाभ सानू लेना चाहिए। सो दोस्तों आज दी इस वीडियो दे विच तुहाडे नाल यही जानकारी सी। उम्मीद करते हैं कि आप हर रोज़ एक ना एक वीडियो जिहड़ी इलैक्शन नाल रिलेटेड तुहाडे नाल इस तरह शेयर करते रहांगे ते तुसीं भी ये जानकारी अपने तक ही सीमित नहीं रखोगे, इस जानकारी नूं वध तों वध लोगों तक पहुँचाओ। जिवें हुण यह वीडियो है ये नॉमीनेशन नाल संबंधित आप कुछ जानकारी देने की कोशिश की है। अगर वीडियो जिहड़ा भी सुनेगा तो उन्हें पता लग जाएगा कि फॉर्मैलिटीज़ है करोना ਨਾਲ ਸੰਬੰਧਿਤ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦੀ ਆਪਾਂ ਕਿਵੇਂ ਕਿਵੇਂ ਪਾਲਣਾ ਕਰਨੀ ਹੈ। ਸੋ ਦੋਸਤੋ ਇਹਦੇ ਨਾਲ ਨਾਲ ਕੋਵਿਡ ਨਾਲ ਹੀ ਸੰਬੰਧਿਤ ਤੁਹਾਨੂੰ ਬੇਨਤੀ ਹੈ ਕਿ ਜਿਹੜਾ ਕੋਵਿਡ ਦਾ ਇਹ ਬੜਾ ਹੁਣ ਵਿਕਰਾਲ ਰੂਪ ਧਾਰਨ ਕਰ ਰਿਹਾ, ਤੁਸੀਂ ਦੇਖੋ ਪੂਰੇ ਦੇ ਪੂਰੇ ਪਰਿਵਾਰ ਹੀ ਇਸ ਦੀ ਚਪੇਟ ਵਿੱਚ ਆ ਰਹੇ ਨੇ। ਸੋ ਪਹਿਲਾਂ ਜਿਹੜੇ ਆਪਣੇ ਜ਼ਿਲ੍ਹਾ ਮੋਗਾ ਦੇ ਵਿੱਚ ਮੈਕਸੀਮਮ ਇੱਕ ਦਿਨ ਦੇ ਵਿੱਚ 34-34 35-35 ਕੇਸ ਆਉਂਦੇ ਹੁੰਦੇ ਸੀ ਤਾਂ ਆਪਾਂ ਨੂੰ ਬਹੁਤ ਡਰ ਲੱਗਦਾ ਹੁੰਦਾ ਸੀ। ਤੁਸੀਂ ਦੇਖੋਗੇ ਹਲੇ ਕੱਲ੍ਹ ਦੀ ਫਿਗਰ ਹੈ, ਕੱਲ੍ਹ 91 ਤੋਂ ਜ਼ਿਆਦਾ ਕੇਸ ਸਾਡੇ ਇਕੱਲੇ ਜ਼ਿਲ੍ਹਾ ਮੋਗਾ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ। ਇਸੇ ਤਰ੍ਹਾਂ ਜਿਹੜੇ ਵੱਡੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਇਹ ਗਿਣਤੀ ਕਿਤੇ ਜ਼ਿਆਦਾ ਹੈਗੀ ਆ। ਸੋ ਆਪਾਂ ਜੋ ਕੋਵਿਡ ਤੋਂ ਬਚਣ ਲਈ ਜਿਹੜੀਆਂ ਹਦਾਇਤਾਂ ਨੇ, ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਣਾ ਜਾਂ ਮਾਸਕ ਪਾ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਇਸ ਤੋਂ ਇਲਾਵਾ ਵੱਡੇ ਇਕੱਠਾਂ ਦੇ ਵਿੱਚ ਨਹੀਂ ਜਾਣਾ। ਕੋਸ਼ਿਸ਼ ਕਰੀਏ ਕਿ ਆਪਾਂ ਕਿਸੇ ਤਰ੍ਹਾਂ ਦਾ ਇਕੱਠ ਨਾ ਕਰੀਏ। ਸੋ ਇਹਨਾਂ ਹਦਾਇਤਾਂ ਦੀ ਪਾਲਣਾ ਕਰੀਏ, ਆਪਾਂ ਖੁਦ ਵੀ ਇਸ ਕਰੋਨਾ ਮਹਾਂਮਾਰੀ ਤੋਂ ਬਚੀਏ ਅਤੇ ਆਪਣੇ ਪਰਿਵਾਰਾਂ ਨੂੰ ਬਚਾਈਏ ਅਤੇ ਸਮਾਜ ਨੂੰ ਬਚਾਉਣ ਦੇ ਵਿੱਚ ਆਪਾਂ ਯੋਗਦਾਨ ਕਰੀ ਦੇਈਏ। ਅਤੇ ਇਸੇ ਨਾਲ ਹੀ ਜਿਹੜੇ ਸਾਡੀਆਂ ਪੋਲੀਟੀਕਲ ਪਾਰਟੀਜ਼ ਨੇ ਜਾਂ ਪੋਲੀਟੀਕਲ ਰਿਪ੍ਰਜੈਂਟੇਟਿਵ ਨੇ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਲੜਨੀ ਆ, ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਤਾਂ ਆਪਣੇ ਚੋਣ ਪ੍ਰਚਾਰ ਨੂੰ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਕਰੋਨਾ ਮਹਾਂਮਾਰੀ ਦੀਆਂ ਜੋ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਕੇ ਹੀ ਆਪਾਂ ਇਹ ਆਪਣਾ ਪ੍ਰਚਾਰ ਕਰੀਏ। ਸਮਾਜ ਵੀ ਬਹੁਤ ਜ਼ਰੂਰੀ ਹੈ, ਜਿੱਤ ਵੀ ਬਹੁਤ ਜ਼ਰੂਰੀ ਹੈ। ਸੋ ਕਿਰਪਾ ਕਰਕੇ ਸਾਰੀਆਂ ਹਦਾਇਤਾਂ ਦੀ ਇਹਨੂੰ ਵਿਨ ਪਾਲਣਾ ਕਰਕੇ ਆਪਾਂ ਇਸ ਚੋਣ ਦਾ ਜਿਹੜੀ ਇਹ ਪ੍ਰਕਿਰਿਆ ਇਹਨੂੰ ਆਪਾਂ ਸੁਚਾਰੂ ਤਰੀਕੇ ਨਾਲ ਨਿਪਰੇ ਚੜਾਈਏ। ਸੋ ਤੁਹਾਡੇ ਸਹਿਯੋਗ ਦੀ ਉਮੀਦ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਬਹੁਤ ਬਹੁਤ ਧੰਨਵਾਦ।